ਸਾਰੇ ਹੀ ਇਸ ਮੰਚ ਦੇ ਉੱਪਰ ਇਕੱਠੇ ਹੋਏ ਹਾਂ ਕਿ ਅਸੀਂ ਮੰਥਨ ਕਰਨ ਲਈ ਇਕੱਠੇ ਹੋਏ ਹਾਂ ਕਿ ਜਿਹੜੀ ਸੀਟ ਅਸੀਂ ਜਿੱਤ ਰਹੇ ਸੀਗੇ ਲੋਕ ਸਭਾ ਦੀ, ਜਿਹੜੀ ਸੀਟ ਸਾਡੀ ਕੈਂਡੀਡੇਟ ਮਾਣਯੋਗ ਕੁਲਦੀਪ ਸਿੰਘ ਧਾਲੀਵਾਲ ਜੀ ਬੜੀ ਵੱਡੀ ਮਾਤਰਾ ਚ ਜਿੱਤ ਰਹੇ ਸੀ, ਉਹ ਹਾਰ ਕਿਸ ਤਰ੍ਹਾਂ ਗਏ, ਇਹ ਇੱਕ ਬੜਾ ਇੰਪੋਰਟੈਂਟ ਪ੍ਰਸ਼ਨ ਹੈ। ਇਹਦੇ ਉੱਤੇ ਮੰਥਨ ਕਰਨਾ ਜਿੱਥੇ ਬਹੁਤ ਇੰਪੋਰਟੈਂਟ ਹੈ, ਉੱਥੇ ਕੁਛ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ। ਧਾਲੀਵਾਲ ਸਾਹਿਬ, ਸਭ ਤੋਂ ਪਹਿਲੇ ਤਾਂ ਮੈਂ ਸਾਰੇ ਵਲੰਟੀਅਰ ਸਾਹਿਬਾਨ ਦਾ ਦਰਜਾ ਬਦਰਜਾ ਵਰਕਰ ਸਾਹਿਬਾਨ ਦਾ, ਉਸ ਤੋਂ ਬਾਅਦ ਸਾਰੇ MLA ਸਾਹਿਬਾਨ ਦਾ, ਚੇਅਰਮੈਨ ਸਾਹਿਬ, ਜਿੰਨੇ ਵੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਇੱਥੇ ਆਏ ਨੇ, ਸਭ ਦਾ ਮੈਂ ਧੰਨਵਾਦ ਕਰਦਾ। ਤੁਸੀਂ ਵੱਡੀ ਗਿਣਤੀ ਜਿੱਥੇ ਪਹੁੰਚੇ ਹੋ, ਪਰ ਯਕੀਨ ਕਰਨਾ ਜਿਸ ਦਿਨ ਦਾ ਰਿਜ਼ਲਟ ਆਇਆ ਉਸ ਦਿਨ ਦਾ ਮਨ ਨੂੰ ਚੈਨ ਨਹੀਂ ਹੈ, ਮਨ ਬਹੁਤ ਬੇਚੈਨ ਹੈ। ਇੱਥੋਂ ਤੱਕ ਕਿ ਮੈਂ ਰੋਟੀ ਖਾਣ ਨੇ ਵੀ ਸਾਡਾ ਜੀ ਨਹੀਂ ਕੀਤਾ। ਗਲਤੀਆਂ ਕਿੱਥੇ ਹੋਈਆਂ, ਕਿੱਦਾਂ ਹੋਈਆਂ, ਕਿਉਂ ਹੋਈਆਂ, ਇਹ ਅਸੀਂ ਬੈਠ ਕੇ ਸਾਰਾ ਆਪਸ ਚ ਵਿਚਾਰ ਵਟਾਂਦਰਾ ਕਰਾਂਗੇ, ਸੀਰੀਅਸਲੀ ਸੋਚਾਂਗੇ। ਮਗਰ ਕੋਈ ਕੁਝ ਚੀਜ਼ਾਂ ਐਸੀਆਂ ਧਾਲੀਵਾਲ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦੱਸਣੀਆਂ ਜ਼ਰੂਰੀ ਹੈ। ਸਵਾ 2 ਸਾਲ ਹੋ ਗਏ ਮੈਨੂੰ, ਜਦੋਂ ਮੈਂ MLA ਬਣਿਆ ਮੈਨੂੰ ਸ਼ੁਰੂ ਸ਼ੁਰੂ ਤੋਂ ਲੋਕਾਂ ਨੇ ਆ ਕੇ, ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ, MLA ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ, ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ, ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ, ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ। ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦਾ, ਮੈਂ ਡੀਸੀ ਬੰਦਾ, ਮੈਂ ਆਪਣੇ ਵਲੰਟੀਅਰ ਨੂੰ ਉੱਥੇ ਉਹਨਾਂ ਨੂੰ ਮਨਾ ਕਰਦਾ ਸੀ, ਮੈਂ ਕਿਹਾ ਨਹੀਂ ਯਾਰ ਤੁਸੀਂ ਗਲਤ ਬੋਲਦੇ ਜੇ, ਮਗਰ ਨਹੀਂ, ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਦੋਂ ਸੱਚ ਬੋਲਦੇ ਸੀ। ਅਗਰ ਵਲੰਟੀਅਰ ਦੀ ਗੱਲ ਅਸੀਂ ਉਦੋਂ ਪੂਰੀ ਹੁੰਦੀ, ਉਦੋਂ ਅਸੀਂ ਅਗਰ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾਈ ਹੁੰਦੀ ਤੇ ਅੱਜ ਸਾਡੀ ਇਹ ਹਾਲਾਤ ਨਾ ਹੁੰਦੇ। ਇਹ ਹਾਲਾਤ ਬਣੇ ਨੇ ਸਰਕਾਰ ਦੀਆਂ ਕਮਜ਼ੋਰੀਆਂ, ਧਾਲੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ, ਨਹੀਂ ਦਿੱਤੀਆਂ ਗਈਆਂ ਪਾਵਰਾਂ MLA ਨੂੰ, ਨਹੀਂ ਦਿੱਤੀਆਂ ਗਈਆਂ ਪਾਵਰਾਂ, ਮੈਂ ਖੁੱਲ ਕੇ ਕਹਿ ਰਿਹਾ ਕਿਸੇ MLA ਨੂੰ ਪਾਵਰ ਨਹੀਂ ਦਿੱਤੀ। ਅਫਸਰਾਂ ਨੂੰ ਫੋਨ ਕਰਦੇ ਸੀ, ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਨੀ, ਭਾਜੀ ਹੋ ਜਾਏਗਾ, ਭਾਜੀ ਕੋਈ ਗੱਲ ਨੀ, ਭਾਜੀ ਗੱਲ ਕਰਦੇ ਜੇ ਭਾਜੀ ਕੰਮ ਹੁਣੀ ਹੋਏਗਾ, ਪਰ ਧਾਲੀਵਾਲ ਸਾਹਿਬ ਕੰਮ ਨਹੀਂ ਸੀ ਹੁੰਦਾ, ਕੰਮ ਨਹੀਂ ਸੀ ਹੁੰਦਾ। ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕੀਤਾ ਜਾਂਦਾ ਸੀ। ਅੱਜ ਸਮੇਂ, ਅੱਜ ਵਕਤ ਹੈ
ਜੇ ਅੱਜ ਵੀ ਨਾ ਸੀ ਚੇਤੇ, ਅੱਜ ਵੀ ਨਾ ਸੀ ਜਾਗੇ, ਤੇ ਭੋਜੋ 2027 ਨੂੰ ਮੈਂ ਤੁਹਾਨੂੰ ਕਹਿ ਰਿਹਾ, ਭੋਜੋ 2027 ਨੂੰ ਬਦਲਾਵ ਦਾ ਤੁਸੀਂ ਮੇਲਾ ਦੇ ਕੇ ਆਏ ਸੀ। ਧਾਲੀਵਾਲ ਸਾਹਿਬ, ਕੀ ਬਦਲਾਵ ਹੋਇਆ ਪੰਜਾਬ ਦੇ ਵਿੱਚ ਦੱਸੋ ਮੈਨੂੰ। ਕੋਈ ਬਦਲਾਵ ਨਹੀਂ ਹੋਇਆ, 1% ਬਦਲਾਵ ਨਹੀਂ ਹੋਇਆ। ਨਸ਼ਾ ਬੰਦ ਨਹੀਂ ਹੋਇਆ, ਕਰਪਸ਼ਨ ਨਸ਼ਾ ਬੰਦ ਕੀ ਹੋਣਾ ਸੀ, ਨਸ਼ਾ ਕਈ ਗੁਣਾ ਵੱਧ ਗਿਆ ਪੰਜਾਬ ਦੇ ਅੰਦਰ। ਔਰ ਮੈਂ ਤੁਹਾਨੂੰ ਦੱਸਾਂ, ਨਸ਼ੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭ੍ਰਿਸ਼ਟਾਚਾਰ ਦੀ, ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ, ਕਿਹੜਾ ਭ੍ਰਿਸ਼ਟਾਚਾਰ ਵੱਧ ਹੋਇਆ ਦੱਸੋ। ਲੋਕੀ ਕਹਿੰਦੇ ਨੇ, ਲੋਕੀ ਦੱਸਦੇ ਨੇ ਆ ਕੇ, ਡਾਕਟਰ ਸਾਹਿਬ ਨਸ਼ਾ ਤੇ ਬੰਦ ਕਿਤੇ ਨਹੀਂ ਹੋਇਆ, ਜਿਹੜਾ ਭ੍ਰਿਸ਼ਟਾਚਾਰ ਸੀ, ਜਿਹੜਾ ਕਰਪਸ਼ਨ ਸੀ, ਉਹ ਮਹਿੰਗੀ ਹੋ ਗਈ, ਮਹਿੰਗੀ ਹੋ ਗਈ। ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ, ਜਿਹੜਾ ਬਿਜ਼ਨਸਮੈਨ ਹੈ, ਕਿੱਦਾਂ ਮੈਂ ਕਹਿੰਦੇ ਫੋਨ ਕੀਤਾ ਕੰਮ ਕਰਾਉਣ ਲਈ ਆਪਣਾ, ਮੇਰੇ ਕੋਲ ਰਿਸ਼ਵਤ ਮੰਗੀ ਗਈ 1,00,000 ਰੁਪਈਆ, ਤੇ ਜਦੋਂ ਮੈਂ ਕਿਸੇ MLA ਦਾ ਫੋਨ ਕਰਾ ਦਿੱਤਾ ਤੇ ਰਿਸ਼ਵਤ ਹੋ ਗਈ 5,00,000 ਰੁਪਈਆ। ਬਦਲਾਵ ਹੈ ਸਰਕਾਰ ਦਾ, ਇਹ ਕਿੱਦਾਂ ਦਾ ਬਦਲਾਵ ਹੈ, ਇਹ ਕੋਈ ਬਦਲਾਵ ਨਹੀਂ ਹੈ। ਇਹ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾਣੀ ਪੈਗੀ, ਚੰਗੀ ਤਰ੍ਹਾਂ ਨੱਥ ਪਾਣੀ ਪੈਗੀ ਸਾਰੇ ਥਾਣਿਆਂ ਦੇ ਵਿੱਚ। ਸੁਣੋ, ਜੇ ਤੁਸੀਂ SHO ਆਪਣੇ ਨਾਲ ਹੋਏ ਤੇ ਅਸੀਂ ਕੰਮ ਨਹੀਂ ਜੇ ਕਰਨਾ, ਤੁਹਾਨੂੰ ਸਾਫ਼ ਦੱਸਦੀ ਹੈ। ਗੱਲਾਂ ਕਰਦੇ ਹੋ ਤੁਸੀਂ, ਗੱਲਾਂ ਕਰਦੇ ਹੋ, ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕਰਕੇ ਭੇਜ ਦਿੱਤਾ ਜਾਂਦਾ। ਕੀ ਜ਼ਰੂਰਤ ਹੈ SHO ਦੀ ਥਾਣੇ ਦੇ ਵਿੱਚ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬਹਿਣ ਵਾਸਤੇ ਕੁਰਸੀ ਨਾ ਆਫਰ ਕਰੇ ਅਸੀਂ? ਕੀ ਜ਼ਰੂਰਤ ਹੈ SHO ਦੀ? ਇਹੋ ਜਿਹੇ SHO ਨੂੰ, ਇਹੋ ਜਿਹੇ DSP ਨੂੰ, ਇਹੋ ਜਿਹੇ ਤਹਿਸੀਲਦਾਰ ਨੂੰ ਧਾਲੀਵਾਲ ਸਾਹਿਬ ਕਾਲੇ ਪਾਣੀ ਤੋਂ ਪਹਿਲਾਂ ਭੇਜੋ, ਕਾਲੇ ਪਾਣੀ ਭੇਜ ਦਿਓ। ਉਹਨਾਂ ਨੂੰ ਪਤਾ ਲੱਗੇ ਆਮ ਆਦਮੀ ਪਾਰਟੀ ਚ ਬਦਲਾਵ ਨਹੀਂ ਆਈ ਹੈ। ਪਾਰਟੀ 2.5 ਸਾਲ ਹੋ ਗਏ, ਮੈਂ ਸੌ ਕੇ ਨਹੀਂ ਦੇਖਿਆ। ਮੈਂ ਅੱਧੀ ਰਾਤ ਖੜੇ, ਮੇਰੇ ਵਲੰਟੀਅਰ ਆ, ਮੇਰੇ ਸੈਂਟਰ ਹਲਕੇ ਦੇ ਲੋਕ ਆਏ ਇੱਥੇ,